ਹੰਸਕਲਾਂ ਜਿੱਥੇ ਬਾਈ ਹੁਣਾਂ ਨੇ ਬਰਗਰ ਬਾਰ ਸ਼ੁਰੂ ਕਰਿਆ। ਤੁਸੀਂ ਪਿੱਛੇ ਦੇਖ ਸਕਦੇ ਹੋਵੋਗੇ ਬਰਗਰ ਬਾਰ ਨਾਲ ਬਾਈ ਹੁਣਾਂ ਨੇ ਸਵਿਮਿੰਗ ਪੂਲ ਦਾ ਕੰਮ ਸ਼ੁਰੂ ਕਰਿਆ ਤੇ ਆਉਣ ਵਾਲੇ ਗਰਮੀਆਂ ਦੇ ਦਿਨਾਂ ਵਾਸਤੇ ਤੋਹਫੇ ਵਾਲਾ ਕੰਮ ਹੀ ਆ। ਤੇ ਬਾਈ ਹੁਣਾਂ ਨੇ ਹੋਰ ਵੀ ਕੀ ਕੁਛ ਕਰਿਆ ਆਪਾਂ ਅੰਦਰ ਚੱਲ ਕੇ ਦੇਖਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਆਪਾਂ ਪਹੁੰਚ ਚੁੱਕੇ ਹਾਂ ਬਰਗਰ ਬਾਰ ਤੇ, ਹੁਣ ਕਰਦੇ ਹਾਂ ਵੀਰ ਹੁਣਾਂ ਨਾਲ ਗੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਨਾਮ ਹਰਦੀਪ ਸਿੰਘ ਹੈ ਜੀ ਤੇ ਰੂਮੀ ਵਾਲੇ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪਿਛਲੇ 8 ਸਾਲ ਤੋਂ ਇਸ ਫੀਲਡ ਦੇ ਵਿੱਚ ਆ। 8 ਸਾਲ ਪਹਿਲਾਂ ਮੈਂ ਬਰਗਰ ਬਾਰ ਬ੍ਰਾਂਡ ਸ਼ੁਰੂ ਕੀਤਾ ਸੀ ਜੋ ਅੱਜ 4 ਸਟੇਟਾਂ ਦੇ ਵਿੱਚ ਫੈਲ ਚੁੱਕਿਆ ਹੈ। ਪੰਜਾਬ, ਹਰਿਆਣਾ, ਹਿਮਾਚਲ ਤੇ ਰਾਜਸਥਾਨ, 4 ਸਟੇਟਾਂ ਦੇ ਵਿੱਚ ਮਿਲਾ ਕੇ ਸਾਡੇ ਅਰਾਊਂਡ 118 ਆਊਟਲੈਟ ਨੇ ਜੋ ਅਸੀਂ ਪਿਛਲੇ 8 ਸਾਲਾਂ ਦੇ ਵਿੱਚ ਖੋਲ੍ਹੇ ਹਨ। ਹਾਂਜੀ, ਅਗਲਾ ਸਵਾਲ ਜੀ, ਤੁਸੀਂ ਆਮ ਹਰ ਕੋਈ ਬ੍ਰਾਂਡ ਆ ਜਿਹੜਾ ਉਹ ਸ਼ਹਿਰ ਵੱਲ ਨੂੰ ਭੱਜਦਾ, ਤੁਸੀਂ ਸ਼ਹਿਰ ਤੋਂ ਹਟ ਕੇ ਪਿੰਡ ਵੱਲ ਨੂੰ ਆਏ, ਇਹਦਾ ਕਾਰਨ? ਪਿੰਡਾਂ ਵੱਲ ਆਉਣ ਦਾ ਕਾਰਨ ਜੋ ਸਾਡੀ ਟੀਮ ਨੇ ਸਰਵੇ ਕੀਤਾ ਉਹਦੇ ਵਿੱਚ ਇਹ ਹੈ ਕਿ ਜਿੰਨੇ ਵੀ ਜ਼ਿਆਦਾਤਰ ਰੈਸਟੋਰੈਂਟਾਂ ਦੇ ਵਿੱਚ ਕਸਟਮਰ ਵਗੈਰਾ ਹੁੰਦੇ ਆ, ਫੁੱਟਫਾਲ ਹੁੰਦੀ ਆ, ਉਹ ਜ਼ਿਆਦਾਤਰ ਬੰਦੇ ਪਿੰਡਾਂ ਦੇ ਹੀ ਹੁੰਦੇ ਆ। ਇਸ ਲੋਕੇਸ਼ਨ ਦਾ ਅਸੀਂ ਇਹ ਸਰਵੇ ਕੀਤਾ ਕਿ ਅਰਾਊਂਡ 6 ਕਿਲੋਮੀਟਰ ਦੀ ਰੇਡੀਅਸ ਦੇ ਵਿੱਚ ਇੱਥੇ ਅਰਾਊਂਡ 50,000 ਦੀ ਆਬਾਦੀ ਹੈ। ਠੀਕ ਹੈ, ਅਤੇ ਸਾਰੇ ਹੀ ਵਧੀਆ ਪਿੰਡ ਨੇ, ਚੰਗੇ, ਸਕਸੈਸਫੁੱਲ। ਠੀਕ ਹੈ, ਅਤੇ ਇਹਨਾਂ ਦੇ ਵਿੱਚ ਕੋਈ ਵੀ ਇੱਥੇ ਕੋਈ ਇੱਦਾਂ ਦੀ ਲੋਕੇਸ਼ਨ ਨਹੀਂ ਹੈ, ਕੋਈ ਵੀ ਵੱਡਾ ਰੈਸਟੋਰੈਂਟ ਨਹੀਂ ਬਣਿਆ ਹੋਇਆ। ਠੀਕ ਹੈ, ਜਿੱਥੇ ਲੋਕ ਜਾਣ, ਇਹ ਸਾਰੇ ਲੋਕ ਇੱਥੋਂ ਜ਼ਿਆਦਾ ਲੁਧਿਆਣੇ ਜਾਂਦੇ ਆ। ਕੋਈ ਵੀ ਪਾਰਟੀ ਕਰਨੀ ਹੁੰਦੀ ਹੈ, ਕੁਛ ਵੀ ਕਰਨਾ ਹੁੰਦਾ, ਸੈਲੀਬ੍ਰੇਸ਼ਨ ਕਰਨੀ ਹੁੰਦੀ ਹੈ, ਉਹਦੇ ਲਈ ਜਾਂ ਤਾਂ ਲੁਧਿਆਣੇ ਜਾਂਦੇ ਆ, ਜੋ ਕਿ ਅਰਾਊਂਡ ਇੱਥੋਂ 30 ਕਿਲੋਮੀਟਰ ਦੇ ਕਰੀਬ ਹੈ। ਠੀਕ ਹੈ, ਸਾਡੇ ਸਰਵੇ ਦੇ ਵਿੱਚ ਅਸੀਂ ਇਹ ਦੇਖਿਆ ਕਿ ਅਗਰ ਆਪਾਂ ਇੱਥੇ ਕੁਛ ਵੱਡੀ ਇਨਵੈਸਟਮੈਂਟ ਕਰਦੇ ਹਾਂ, ਵਧੀਆ ਤਰੀਕੇ ਨਾਲ ਖੋਲ੍ਹਦੇ ਹਾਂ, ਠੀਕ ਹੈ, ਅਤੇ ਲੋਕ ਸਾਨੂੰ ਵਧੀਆ ਰਿਸਪੋਂਸ ਦੇਣਗੇ, ਅਤੇ ਉਹ ਹੋ ਵੀ ਰਿਹਾ ਹੈ। ਹਾਂਜੀ ਸਰ, ਇਹ ਜਿਹੜਾ ਬਰਗਰ ਬਾਰ ਆ ਇਹਨੂੰ ਬਾਕੀ ਬ੍ਰਾਂਡਾਂ ਦੇ ਨਾਲੋਂ ਅਲੱਗ ਕਿਉਂ ਸਮਝੀਏ ਅਸੀਂ? ਬਰਗਰ ਬਾਰ ਦੇ ਵਿੱਚ ਅਸੀਂ ਜਿੰਨਾ ਵੀ ਸਾਡਾ ਫੂਡ ਹੈ ਉਹ ਸਾਡੀ ਆਪਣੀ ਪ੍ਰੋਡਕਸ਼ਨ ਹੈ। ਕੋਈ ਵੀ ਪ੍ਰੋਡਕਟ ਸਾਡਾ ਇਹ ਨਹੀਂ ਹੁੰਦਾ ਕਿ ਅਸੀਂ ਮਾਰਕੀਟ ਦੇ ਵਿੱਚੋਂ ਪਰਚੇਜ਼ ਕਰਦੇ ਹਾਂ। ਸਾਡੇ ਜਿੰਨੇ ਆਊਟਲੈਟ 'ਤੇ ਆ, ਸਾਡੀ ਇੱਕ ਬੇਸ ਕਿਚਨ ਹੈ ਜੋ ਲੁਧਿਆਣੇ ਦੇ ਵਿੱਚ, ਸਾਡਾ ਫੂਡ ਮੈਨੂਫੈਕਚਰਿੰਗ ਦਾ ਪਲਾਂਟ ਹੈ ਆਪਣਾ। ਅਸੀਂ ਜਿੰਨੇ ਵੀ ਆਊਟਲੈਟ ਹੈਗੇ ਆ ਬਰਗਰ ਬਾਰ ਦੇ, ਅਸੀਂ ਖੁਦ ਲਈ ਬਣਾਉਂਦੇ ਹਾਂ, ਅਸੀਂ ਮਾਰਕੀਟ ਦੇ ਵਿੱਚ ਰਿਟੇਲ ਨਹੀਂ ਕਰਦੇ। ਬਰਗਰ ਜੋ ਵੀ ਸਾਡਾ ਪ੍ਰੋਡਕਟ ਬਣਦਾ ਹੈ ਸਿਰਫ ਬਰਗਰ ਬਾਰ ਦੇ ਆਊਟਲੈਟਸ 'ਤੇ ਹੀ ਅਵੇਲੇਬਲ ਹੁੰਦਾ ਹੈ। ਇਹ ਜੋ ਅਸੀਂ ਇੱਥੇ ਆਊਟਲੈਟ ਖੋਲ੍ਹਿਆ ਹੈ, ਇਹਦੇ ਵਿੱਚ ਅਸੀਂ ਲਾਈਵ ਕਿਚਨ ਦਾ ਕੰਸੈਪਟ ਲੈ ਕੇ ਆਏ ਹਾਂ। ਕਿਚਨ ਹੈ ਉਹ ਕਸਟਮਰ ਨੂੰ ਵਿਜੀਬਲ ਹੋਏਗੀ, ਜੋ ਵੀ ਫੂਡ ਬਣ ਰਿਹਾ ਤੇਰਾ ਕਸਟਮਰ ਦੇ ਸਾਹਮਣੇ ਬਣ ਰਿਹਾ ਹੋਏਗਾ, ਤਾਂ ਕਿ ਕਸਟਮਰ ਨੂੰ ਜ਼ਿਆਦਾਤਰ, ਜਿਵੇਂ ਅਸੀਂ ਰੈਸਟੋਰੈਂਟਾਂ ਦੇਖਦੇ ਹਾਂ ਕਿ ਰੈਸਟੋਰੈਂਟ ਦੇ ਵਿੱਚ ਸਿਟਿੰਗ ਏਰੀਆ ਤਾਂ ਬਹੁਤ ਵਧੀਆ ਤਰੀਕੇ ਨਾਲ ਸਾਫ਼ ਸਫਾਈ ਹੁੰਦੀ ਹੈ, ਪਰ ਜੋ ਕਿਚਨ ਹੁੰਦੀ ਹੈ, ਕਿਚਨ ਦੇ ਵਿੱਚ ਬਹੁਤ ਹੀ ਗੰਦ ਹੁੰਦਾ ਹੈ, ਸਾਫ਼ ਨਹੀਂ ਹੁੰਦੀ। ਅਤੇ ਇਸ ਰੈਸਟੋਰੈਂਟ ਦੇ ਵਿੱਚ ਅਸੀਂ ਇੱਕ ਲਾਈਵ ਕਿਚਨ ਦਾ ਕੰਸੈਪਟ ਦਿੱਤਾ ਹੈ। ਕਸਟਮਰ ਨੂੰ ਕਿਚਨ ਵਿਜੀਬਲ ਹੈ, ਕਸਟਮਰ ਦੇਖ ਸਕਦਾ ਹੈ ਸਾਹਮਣੇ ਖੜ ਕੇ ਕਿ ਉਹਦਾ ਆਰਡਰ ਪ੍ਰਿਪੇਅਰ ਹੋ ਰਿਹਾ ਕਿੰਨਾ ਵਧੀਆ ਸਾਫ਼ ਸੁਥਰੇ ਤਰੀਕੇ ਨਾਲ। ਠੀਕ ਹੈ, ਇਹਦੇ ਵਿੱਚ ਸਾਫ਼ ਸਫਾਈ ਦਾ ਚੰਗੀ ਤਰ੍ਹਾਂ ਧਿਆਨ ਰੱਖਿਆ ਜਾਂਦਾ ਹੈ, ਕਸਟਮਰ ਦੀ ਸਿਹਤ ਦਾ, ਅਤੇ ਹਰ ਪ੍ਰੋਡਕਟ ਅਸੀਂ ਵਧੀਆ ਤਰੀਕੇ ਦਾ ਯੂਜ਼ ਕਰਦੇ ਹਾਂ। ਕੋਈ ਵੀ ਮਾਰਕੀਟ ਦੇ ਵਿੱਚੋਂ ਅਸੀਂ ਨਹੀਂ ਯੂਜ਼ ਕਰਦੇ, ਜਿਵੇਂ ਮੈਂ ਪਹਿਲਾਂ ਕਿਹਾ, ਸਾਡੀ ਆਪਣੀ ਹੀ ਪ੍ਰੋਡਕਸ਼ਨ ਹੈ, ਜਿੰਨਾ ਵੀ ਫੂਡ ਸਾਡਾ ਹੈਗਾ ਹੈ। ਉੱਥੇ ਵੀ ਸਾਡੇ ਪਲਾਂਟ ਦੇ ਵਿੱਚ ਵੀ ਵਧੀਆ ਤਰੀਕੇ ਨਾਲ ਹਾਈਜੀਨਿਕ ਵੇ ਨਾਲ ਬਣਾਇਆ ਜਾਂਦਾ, ਅਤੇ ਇੱਥੇ ਸਰਵ ਵੀ ਵਧੀਆ ਤਰੀਕੇ ਨਾਲ ਹੀ ਹੁਣ ਤੱਕ ਦੇ ਸਾਡੇ 8 ਸਾਲ ਦੇ ਬਿਜ਼ਨਸ ਦੇ ਵਿੱਚ ਅਸੀਂ ਜਿੰਨੇ ਵੀ ਆਊਟਲੈਟ ਕੀਤੇ ਆ, ਆਲਮੋਸਟ ਸਾਡੀ ਬਰਗਰ ਬਾਰ ਦੀ ਟੀਮ ਦੇ ਵਿੱਚ ਸਾਡੇ ਕੋਲ 2000 ਤੋਂ ਉੱਪਰ ਇੰਪਲੋਏ ਆ ਜੋ ਕੰਮ ਕਰਦਾ ਹੈ ਅਲੱਗ ਅਲੱਗ ਲੋਕੇਸ਼ਨਾਂ ਦੇ ਉੱਪਰ। ਇਸ ਲੋਕੇਸ਼ਨ ਦੇ ਉੱਪਰ ਸਾਡੇ ਕੋਲ ਅਰਾਊਂਡ 15 ਤੋਂ 20 ਵਰਕਰ ਹੋਣਗੇ ਜੋ ਕੰਮ ਕਰਨਗੇ ਇਹਦੇ ਨਾਲ। ਹੁਣ ਤੱਕ ਦੀ ਸਾਡੀ ਬਰਗਰ ਬਾਰ ਦੀ ਜਰਨੀ ਦੇ ਵਿੱਚ ਅਸੀਂ ਜਿੰਨੇ ਆਊਟਲੈਟ ਓਪਨ ਕੀਤੇ ਆ, ਸਾਡੀ ਟੀਮ ਦੇ ਵਿੱਚ ਅਰਾਊਂਡ 2000 ਤੋਂ ਉੱਪਰ ਇੰਪਲੋਏ ਆ ਜੋ ਸਾਡੇ ਨਾਲ ਕੰਮ ਕਰਦਾ ਹੈ। ਇਸ ਲੋਕੇਸ਼ਨ 'ਤੇ ਵੀ ਸਾਡੇ ਕੋਲ 15 ਤੋਂ 20 ਇੰਪਲੋਏ ਹੋਣਗੇ ਜੋ ਕੰਮ ਕਰਨਗੇ ਇਸ ਲੋਕੇਸ਼ਨ 'ਤੇ। ਰੈਸਟੋਰੈਂਟ ਖੋਲ੍ਹਣ ਨਾਲ ਲੋਕਾਂ ਨੂੰ ਇਹ ਫਾਇਦਾ ਹੋਇਆ, ਇੱਕ ਤਾਂ ਉਹਨਾਂ ਨੂੰ ਇੱਕ ਆਪਦੇ ਇਲਾਕੇ ਦੇ ਵਿੱਚ ਵਧੀਆ ਚੀਜ਼ ਮਿਲੀ ਆ ਜਿੱਥੇ ਉਹ ਜਾ ਕੇ ਸੈਲੀਬ੍ਰੇਟ ਕਰ ਸਕਦੇ ਆ, ਅਤੇ ਉਸ ਤੋਂ ਉੱਪਰ ਕੀ ਹੈ ਕਿ ਜੋਬ ਫੈਸਿਲਿਟੀਜ਼ ਵੀ ਮਿਲੀਆਂ ਨੇ ਇੱਥੇ ਲੋਕਾਂ ਨੂੰ, ਲੋਕਾਂ ਨੂੰ ਕੰਮ ਮਿਲਿਆ ਹੈ। ਅਰਾਊਂਡ 20 ਵਰਕਰ ਸਾਡੇ ਕੋਲ ਇੱਥੇ ਕੰਮ ਕਰ ਰਹੇ ਹਨ ਜੋ ਲੋਕਲ ਅਸੀਂ ਹਾਇਰ ਕੀਤੇ ਆ। ਅਸੀਂ ਹੋਰ ਵੀ ਆਪਣੇ ਜੋ ਰੈਸਟੋਰੈਂਟ ਖੋਲ੍ਹਾਂਗੇ ਅਸੀਂ ਲੋਕਲ ਵਰਕਰਸ ਹੈਗੇ ਆ ਉਹਨਾਂ ਨੂੰ ਕੰਮ ਦਿੰਦੇ ਹਾਂ, ਜਿਹਦੇ ਨਾਲ ਕੀ ਹੈ ਕਿ ਇੱਕ ਜੋ ਆਪਣੇ ਰੋਜ਼ਗਾਰ ਦੀ ਸਮੱਸਿਆ ਹੈ ਉਹਨੂੰ ਵੀ ਅਸੀਂ ਥੋੜ੍ਹਾ ਹੱਲ ਕਰ ਰਹੇ ਹਾਂ। ਸਰ, ਕੀ ਤੁਸੀਂ ਫਰੈਂਚਾਈਜ਼ੀ ਵੀ ਦਿੰਦੇ ਹੋ ਅੱਗੇ? ਹਾਂਜੀ ਸਰ, ਇਹ ਇੱਕ ਫਰੈਂਚਾਈਜ਼ੀ ਬਿਜ਼ਨਸ ਹੈ ਜੀ। ਆਲਮੋਸਟ 90% ਸਾਡੇ ਫਰੈਂਚਾਈਜ਼ੀਆਂ ਹੀ ਓਪਨ ਨੇ ਜੋ ਬਰਗਰ ਬਾਰ ਦੀਆਂ ਨੇ। ਠੀਕ ਹੈ, ਅਗਰ ਕੋਈ ਵੀ ਤੁਹਾਡਾ ਦਰਸ਼ਕ ਸਾਡੇ ਨਾਲ ਜੁੜ ਕੇ ਕੰਮ ਕਰਨਾ ਚਾਹੁੰਦਾ ਹੈ, ਸਾਡਾ ਬਿਜ਼ਨਸ ਪਾਰਟਨਰ ਬਣਨਾ ਚਾਹੁੰਦਾ ਹੈ, ਫਰੈਂਚਾਈਜ਼ੀ ਓਪਨ ਕਰਨਾ ਚਾਹੁੰਦਾ ਹੈ, ਠੀਕ ਹੈ, ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਠੀਕ ਹੈ, ਸਾਡੀਆਂ ਕੁਛ ਕੰਡੀਸ਼ਨਾਂ ਹੁੰਦੀਆਂ ਨੇ,
ਅਸੀਂ ਇੱਕ ਸਿਟੀ ਦੇ ਵਿੱਚ ਇੱਕ ਆਊਟਲੈਟ ਦਿੰਦੇ ਹਾਂ ਜਾਂ ਇੱਕ ਪਾਰਟੀਕੁਲਰ ਏਰੀਆ ਦੇ ਵਿੱਚ ਉਨੀ ਦੂਰ ਹੋਣਾ ਚਾਹੀਦਾ ਦੂਸਰਾ ਆਊਟਲੈਟ, ਉਹ ਤੁਸੀਂ ਸਾਡੇ ਨਾਲ ਮਿਲ ਕੇ ਡਿਸਕਸ ਕਰ ਸਕਦੇ। ਹਾਂਜੀ ਵੀਰ ਜੀ, ਬਾਕੀ ਆਊਟਲੈਟ ਨਾਲੋਂ ਹਟ ਕੇ ਇੱਥੇ ਹੋਰ ਕੀ ਕੀਤਾ ਗਿਆ? ਇਸ ਆਊਟਲੈਟ ਦੇ ਵਿੱਚ ਆਪਾਂ ਬਾਕੀਆਂ ਨਾਲੋਂ ਹਟ ਕੇ ਇਹਦੇ ਨਾਲ ਅਸੀਂ ਇੱਕ ਸਵੀਮਿੰਗ ਪੂਲ ਦਾ ਕੰਸੈਪਟ ਵੀ ਲੈ ਕੇ ਆਏ ਹਾਂ। ਇਹਦੇ ਨਾਲ ਸਾਡਾ ਇੱਕ ਸਵੀਮਿੰਗ ਪੂਲ ਹੈ ਜਿਸ ਦੇ ਵਿੱਚ 3 ਲੱਖ ਲੀਟਰ ਪਾਣੀ ਦੀ ਕਪੈਸਿਟੀ ਹੈ, ਇੱਕ ਟਾਈਮ ਦੇ ਉੱਪਰ 150 ਬੰਦੇ ਦੇ ਨਹਾਉਣ ਦੀ ਕਪੈਸਿਟੀ ਹੈਗੀ ਹੈ। ਠੀਕ ਹੈ ਕੀ ਸਰ ਫੈਮਲੀਆਂ ਵੀ ਆ ਸਕਦੀਆਂ ਨੇ? ਹਾਂਜੀ ਸਰ ਬਿਲਕੁਲ ਜੀ, ਤੁਸੀਂ ਫੈਮਲੀ ਸਮੇਤ ਇੱਥੇ ਪੂਲ ਦੇ ਉੱਪਰ ਆ ਸਕਦੇ ਹੋ। ਈਵਨ ਤੁਸੀਂ ਆਪਦੇ ਕੋਈ ਸਪੈਸ਼ਲ ਈਵੈਂਟ ਹੈਗਾ ਉਹਦੇ ਲਈ ਤੁਸੀਂ ਰਿਜ਼ਰਵੇਸ਼ਨ ਵੀ ਕਰਵਾ ਸਕਦੇ ਹੋ, ਪ੍ਰੀ ਬੁਕਿੰਗ ਕਰਵਾ ਸਕਦੇ ਹੋ। ਪੂਲ ਨੂੰ ਅਸੀਂ ਇੱਕ ਸਲੋਟ ਦੇ ਦਾਂਗੇ ਕਿ 1 ਘੰਟੇ ਲਈ ਤੁਹਾਡੇ ਇੱਕ ਪਾਰਟੀਕੁਲਰ ਪਾਰਟੀ ਲਈ ਪੂਲ ਦੀ ਬੁਕਿੰਗ ਵੀ ਕਰ ਸਕਦੇ ਹਾਂ ਜੀ। ਹਾਂਜੀ ਫਿਊਚਰ ਪਲਾਨ ਤੁਹਾਡੇ ਕੀ ਨੇ? ਫਿਊਚਰ ਪਲਾਨ ਦੇ ਵਿੱਚ ਅਸੀਂ ਹੋਰ ਵੀ ਬਹੁਤ ਸਾਰੇ ਆਊਟਲੈਟ ਓਪਨ ਕਰਾਂਗੇ, ਅਤੇ ਲਾਈਕ ਅਸੀਂ ਵੱਡੇ ਰੈਸਟੋਰੈਂਟ ਓਪਨ ਕਰ ਰਹੇ ਹਾਂ ਫਿਊਚਰ ਪਲਾਨ ਦੇ ਵਿੱਚ, ਕੁਛ ਡਰਾਈਵ ਥਰੂ ਦੇ ਕਨਸੈਪਟ ਲੈ ਕੇ ਆ ਰਹੇ ਹਾਂ ਤਾਂ ਕਿ ਹੋਰ ਲੋਕਾਂ ਨੂੰ ਫੈਸਿਲਿਟੀ ਦੇ ਸਕੀਏ। ਜੀ ਰੂਮੀ ਵਾਲਾ ਪੇਜ ਦੇਖਣ ਵਾਲੇ ਜਿੰਨੇ ਵੀ ਦਰਸ਼ਕ ਵੀਰ ਨੇ ਸਾਰਿਆਂ ਦਾ ਧੰਨਵਾਦ, ਵੀਰ ਹੋਣਾ ਦਾ ਵੀ ਧੰਨਵਾਦ ਸਾਨੂੰ ਟਾਈਮ ਦਿੱਤਾ। ਥੈਂਕ ਯੂ ਜੀ। ਅਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਜਿਹੜੇ ਫੂਡ ਲਵਰ ਆ ਅਤੇ ਉਹ ਇੱਥੇ ਆ ਸਕਣ, ਅਤੇ ਇਹਨਾਂ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ।